की आ यार, आ सारा दिन ना घर दे काम ही नहीं निबड़दे। ओ मेरे नाल तो मिंदो ही चंगी आ, महीने च एक अद्धी बार बाहर तक घूम आंदी आ ते मैं बस आही कम्मा च लगी रहनी आ। ओ यार की बुड़बुड़ करी जानी है तू, बोल बोल के ना मेरा हिसाब किताब भी गलत कराएंगी। अच्छा हुन मेरे बोलने ना थोड़े हिसाब किताब गड़बड़ होणगे। ओ यार तू सारा दिन क्यों खिजी रहनी है, अज मम्मी नाल फिर लड़ाई होगी तेरी। मम्मी नाल तां नहीं जी मेरी लड़ाई हुई, पर थोनू सच्ची दसा घर दे कम कर करके ना हुन मैं बोर होई पई आ। ओ यार घर दे कम करके कौन बोर हुंदा हुंदा? मैं हुनी आ, बस बहुत हो गया हुन, मैनू तां ना हुन बाहर घुमा के लियाओ। बाहर जाना? पर किथे? पहाड़ां च, शिमले, ठंडिया ठंडिया वादियां च। यार हजे नहीं जा सकते, हजे तो तेनू पता कम दी किन्नी तेजी है। फिर साफ साफ कह दो ना नी, मैं तो तेनू कदे किते लेके ही नहीं जाना। ओ ना ना यार, ऐं क्या सोचदी है तू? ना सोचा ना, मेरे नाल तो मिंदो ही वधिया जिहड़ी महीने च इक अद्धी बार बाहर तक घूम आउंदी आ ते मैं। ओ किते ना घूम के आउंदी ओ, पेकियां दे जांदी है, तेनू खिजाण दी मारी कह देंदी है मैं बाहर घूम के आई आ। अच्छा ना थोनू किवें पता वी ओ पेकियां दे जांदी आ जां बाहर घूम के आउंदी आ? ओ शक दे कीड़े, मैनू तां उहदे घर वालिआं ने दस्सिआ सीगा कि जदों वी उहनां च लड़ाई हुंदी है ना ओह रुस के अपने पेके ही जांदी हुंदी है। मैनू कुछ नहीं पता, नाले गल नूं ना इधर उधर ना घुमाओ, मैनू साफ साफ दसो वी तुसीं मैनू घुमाउण लैके जाणा जां नहीं। यार तैनूं दस्सिआ तां हैगा, हजे कम दी तेजी है। ओ यार गुस्से क्यों होनी है, चलांगे घूमण पर थोड़ा जिहा सबर तां रख। सबर? ਉਹ ਜਦੋਂ ਦਾ ਆਪਣਾ ਵਿਆਹ ਹੋਇਆ ਨਾ ਉਦੋਂ ਦਾ ਮੈਂ ਸਬਰ ਹੀ ਰੱਖਿਆ ਹੋਇਆ। ਉਹ ਬਸ ਫਿਰ 15-20 ਦਿਨਾਂ ਦਾ ਹੋਰ ਰੱਖ ਲੈ, ਫਿਰ ਆਪਾਂ ਚੱਲਾਂਗੇ ਘੁੰਮਣ। ਸੱਚੀ ਆਪਾਂ ਘੁੰਮਣ ਚੱਲਾਂਗੇ? ਉਹ ਹਾਂ ਹਾਂ। ਕਿੱਧਰ ਲੈਣ ਦੀਆਂ ਤਿਆਰੀਆਂ ਹੁੰਦੀਆਂ ਪਈਆਂ? ਉਹ ਕੁਛ ਨਹੀਂ ਮੰਮੀ, ਅਸੀਂ ਤਾਂ ਬਾਹਰ ਘੁੰਮਣ ਦੀ ਸਲਾਹ ਬਣਾ ਰਹੇ ਸੀਗੇ। ਬਾਹਰ ਘੁੰਮਣ ਦੀ ਸਲਾਹ? ਫਿਰ ਕੌਣ ਕੌਣ ਜਾ ਰਿਹਾ? ਮੰਮੀ ਮੈਂ ਤੇ ਇਹੀ ਜਾਵਾਂਗੇ, ਹੋਰ ਕੌਣ ਜਾਊਗਾ? ਸ਼ਾਬਾਸ਼ ਹੈ ਨੀ ਤੇਰੇ, ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ? ਇਕੱਲੇ ਇਕੱਲੇ ਘੁੰਮਣ ਦੀ ਸਲਾਹ ਬਣਾ ਲਈ, ਘਰ 'ਚ ਅਸੀਂ ਨਹੀਂ ਹੈਗੇ, ਨਾ ਸਾਡਾ ਜੀ ਨਹੀਂ ਕਰਦਾ ਘੁੰਮਣ ਨੂੰ। ਉਹ ਮੰਮੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਨਾ, ਮੇਰੀ ਗੱਲ ਸੁਣ ਲੈ ਕੰਨ ਖੋਲ ਕੇ, ਜੇ ਜਾਵਾਂਗੇ ਤਾਂ ਸਾਰੇ ਇਕੱਠੇ ਜਾਵਾਂਗੇ, ਨਹੀਂ ਤਾਂ ਕੋਈ ਨਹੀਂ ਜਾਊਗਾ। ਉਹ ਮੰਮੀ ਮਸਾਂ ਦਾ ਮੈਂ ਤਿਆਰ ਕੀਤਾ, ਹੁਣ ਕਿਤੇ ਕੈਂਸਲ ਨਾ ਕਰਵਾ ਦਿਓ ਤੁਸੀਂ। ਨਹੀਂ ਮੈਂ ਕਦੋਂ ਕੈਂਸਲ ਕਰਵਾ ਰਹੀ ਹਾਂ, ਮੈਂ ਤਾਂ ਤੁਹਾਡੇ ਨਾਲ ਜਾਣ ਦੀ ਗੱਲ ਕਰ ਰਹੀ ਹਾਂ। ਉਹ ਮੰਮੀ ਤੁਸੀਂ ਫਿਕਰ ਨਾ ਕਰੋ, ਆਪਾਂ ਸਾਰੇ ਹੀ ਇਕੱਠੇ ਚੱਲਾਂਗੇ। ਸੱਚੀ ਪੁੱਤ? ਫਿਰ ਤਾਂ ਮੈਂ ਤੇਰੀ ਭੈਣ ਨੂੰ ਤੇ ਤੇਰੇ ਜੀਜੇ ਨੂੰ ਫੋਨ ਕਰ ਦਿੰਦੀ ਹਾਂ, ਉਹ ਵੀ ਆਪਣੇ ਨਾਲ ਹੀ ਚੱਲਣਗੇ, ਇਕੱਠੇ ਚੱਲਾਂਗੇ ਸਾਰੇ। ਉਹ ਮੰਮੀ ਸਿਰਫ ਆਪਣੇ ਜਾਣ ਦੀ ਗੱਲ ਹੋ ਰਹੀ ਆ, ਹੋਰ ਕਿਸੇ ਦੀ ਨਹੀਂ ਹੋ ਰਹੀ। ਗੱਲ ਸੁਣਨੀ, ਮੇਰੇ ਧੀ ਤੇ ਜਮਾਈ ਮੇਰੇ ਆਪਣੇ ਨੇ, ਕੋਈ ਹੋਰ ਨਹੀਂ ਹੈਗੇ। ਕਿਉਂ ਪੁੱਤ ਮੈਂ ਠੀਕ ਕਹਿੰਦੀ ਹਾਂ ਨਾ? ਹਾਂਜੀ ਮੰਮੀ, ਤੁਸੀਂ ਗਲਤ ਕਦੋਂ ਕਹਿੰਦੇ ਹੋ? ਪੁੱਤ ਇਹ ਗੱਲ ਤਾਂ ਕੋਈ ਆਪਣੇ ਸਮਝ ਸਕਦਾ, ਭਗਵਾਨਾਂ ਨੇ। ਚਲੋ ਠੀਕ ਆ ਮੰਮੀ ਜੀ, ਮੈਂ ਤੁਹਾਡੀ ਗੱਲ ਮੰਨ ਲਈ ਵੀ ਦੀਦੀ ਜੀ ਨਾਲ ਜਾਣਗੇ, ਪਰ ਮੇਰੀ ਵੀ ਇੱਕ ਸ਼ਰਤ ਆ, ਜੇ ਦੀਦੀ ਨਾਲ ਜਾਣਗੇ ਨਾ ਤਾਂ ਮੇਰੀਆਂ ਭੈਣਾਂ, ਮੇਰਾ ਭਰਾ ਤੇ ਮੇਰੀ ਭਰਜਾਈ ਉਹ ਵੀ ਆਪਣੇ ਨਾਲ ਹੀ ਜਾਣਗੇ ਘੁੰਮਣ। ਉੱਤਰ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ, ਇੰਨੇ ਜਣੇ ਕਿਵੇਂ ਜਾਵਾਂਗੇ ਘੁੰਮਣ? ਕਿਉਂ, ਜਦੋਂ ਤੁਹਾਡੀ ਭੈਣ ਨੇ ਨਾਲ ਜਾਣਾ ਸੀ ਉਦੋਂ ਤਾਂ ਕੋਈ ਗੱਲ ਨਹੀਂ, ਤੇ ਜਦੋਂ ਮੇਰਿਆਂ ਨੇ ਨਾਲ ਜਾਣਾ ਫਿਰ ਆਪਾਂ ਇੰਨੇ ਜਣੇ ਕਿਵੇਂ ਜਾਵਾਂਗੇ ਘੁੰਮਣ? ਤੂੰ ਕਿਉਂ ਜਵਾਕਾਂ ਵਾਲੀ ਜਿੱਦ ਫੜੀ ਹੈ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰ। ਨਾ ਮੈਂ ਹੀ ਇਕੱਲੀ ਕਿਉਂ ਕਰਾਂ? ਉੱਤੇ ਤਾਂ ਐਂ ਬੋਲੀ ਜਾਊਗੀ, ਤੂੰ ਚੁੱਪ ਕਰਕੇ ਨਾ ਆਪਣੀ ਆਪਣੀ ਟਿਕਟਾਂ ਬੁੱਕ ਕਰਾ ਲੈ। ਨਾ ਐਂ ਕਿਵੇਂ ਟਿਕਟਾਂ ਬੁੱਕ ਕਰਾ ਲਾਂ? ਮੈਂ ਪਹਿਲਾਂ ਕਹਿਤਾ ਜੇ ਤੁਹਾਡੀ ਭੈਣ ਨਾਲ ਜਾਊਗੀ ਤਾਂ ਮੇਰੇ ਰਿਸ਼ਤੇਦਾਰ ਵੀ ਨਾਲ ਜਾਣਗੇ। ਉਹ ਬਸ ਕਰ ਜਾ ਹੁਣ, ਤੁਹਾਡੇ ਇਹੀ ਲੱਛਣਾ ਕਰਕੇ ਤਾਂ ਮੈਂ ਤੁਹਾਨੂੰ ਕਿਤੇ ਬਾਹਰ ਲੈ ਕੇ ਨਹੀਂ ਜਾਂਦਾ। ਉਹ ਜਿਹੜਾ ਜਲੂਸ ਤੁਸੀਂ ਇੱਥੇ ਕੱਢਦੀ ਹੋ ਨਾ ਇਹੀ ਬਾਹਰ ਕੱਢੋਗੀ, ਤਾਂ ਹੀ ਤਾਂ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਂਦਾ, ਘਰੇ ਰਹੋ ਤੁਸੀਂ ਤਾਂ। ਨਾ ਪੈ ਗਈ ਠੰਡ ਕਾਲ ਦੇ ਤੁਹਾਡੇ ਘੁੰਮਣ ਦਾ ਪਲਾਨ ਕੈਂਸਲ ਕਰਵਾ ਕੇ। ਠੰਡ ਕਾਲ ਦੇ ਤੇਰੇ ਪਈ ਹੋਊਗੀ, ਫਿਰ ਦੀਦੀ ਇਕੱਲੀ ਜਾਣ ਨੂੰ ਹੁਣ ਲੈ ਸਵਾਲ। ਤੈਨੂੰ ਤਾਂ ਐਂ ਸੀ ਮੈਂ ਇਕੱਲੀ ਜਾਊਂ ਘੁੰਮਣ, ਸਾਰਾ ਕੰਮ ਘਰੇ ਮੰਮੀ ਕਰੂਗੀ। ਜਿੰਨੀ ਤੂੰ ਆਪਣੇ ਆਪ ਨੂੰ ਚਲਾਕ ਸਮਝਦੀ ਹੈ ਨਾ, ਤੇਰੇ ਨਾਲ ਵੱਧ ਚਲਾਕ ਮੈਂ ਆ, ਤੇਰੀ ਗੁਰੂ ਆ ਮੈਂ। ਹਾਂ ਗੁਰੂ ਤਾਂ ਸੱਚੀ ਹੀ ਹੋ,
ਨਾਲੇ ਆ ਸਾਰੀਆਂ ਚਲਾਕੀਆਂ ਮੇਰੇ ਨਾਲ ਹੀ ਕਰਨੀਆਂ ਆਉਂਦੀਆਂ ਨੇ। ਨਾ ਤਾਂ ਤੁਸੀਂ ਖੁਦ ਕਿਤੇ ਜਾਣਾ ਤੇ ਨਾ ਮੈਨੂੰ ਜਾਣ ਦੇਣਾ। ਨਹੀਂ ਰਹਿਣ ਦੇ ਤੂੰ, ਸਾਰਾ ਦਿਨ ਤਾਂ ਤੂੰ ਕਿਤੇ ਨਾ ਕਿਤੇ ਫਿਰਦੀ ਰਹਿੰਦੀ ਆ, ਮੈਂ ਕਿਤੇ ਗਈ ਆ। ਫੇਰ ਮੰਮੀ ਜੀ ਚਲੇ ਜਾਇਆ ਕਰੋ, ਮੈਂ ਕਿਹੜਾ ਤੁਹਾਨੂੰ ਜਾਣ ਤੋਂ ਰੋਕਿਆ। ਪਰ ਤੁਸੀਂ ਮੇਰਾ ਆ ਜਿਹੜਾ ਜਾਣ ਦਾ ਪਲਾਨ ਕੈਂਸਲ ਕੀਤਾ ਨਾ, ਇਹ ਠੀਕ ਨਹੀਂ ਕੀਤਾ ਹੈਗਾ। ਦਿੰਨੀ ਆ ਤੈਨੂੰ ਮੈਂ ਜਾਣ ਘੁੰਮਣ, ਵੱਡੀ ਆਈ ਆ ਘੁੰਮਣ ਵਾਲੀ। ਮੰਮੀ ਬਾਹਰ ਨਾ ਠੰਡੀ ਠੰਡੀ ਹਵਾ ਚੱਲ ਰਹੀ ਆ, ਆਪਾਂ ਕੋਠੇ ਤੇ ਸੈਰ ਕਰਨ ਚੱਲੀਏ। ਨਾ ਮੈਂ ਨਹੀਂ ਜਾਣਾ, ਤੂੰ ਹੀ ਖਿਆਲ ਕਰਿਆ ਕੱਲੀ। ਲੈ ਆਏ ਕਿਵੇਂ ਨਹੀਂ ਜਾਣਾ ਮੰਮੀ, ਲੱਗਦਾ ਦੀਦੀ ਨੂੰ ਨਾ ਫੋਨ ਕਰਕੇ ਸੱਦਣਾ ਪਊਗਾ, ਫੇਰ ਹੀ ਜਾਊਂਗੇ ਤੁਸੀਂ ਸੈਰ ਤੇ। ਨਹੀਂ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ, ਤੂੰ ਪਾਗਲ ਤਾਂ ਨਹੀਂ ਹੋ ਗਈ? ਖਿਆਲ ਕਰਨ ਵਾਸਤੇ ਤੂੰ ਐਡੀ ਦੂਰੋਂ ਕੁੜੀ ਨੂੰ ਸੱਦੇਂਗੀ? ਘੁੰਮਣ ਵੇਲੇ ਤਾਂ ਮੰਮੀ ਬੜਾ ਕਹਿੰਦੇ ਸੀ ਵੀ ਦੀਦੀ ਨੂੰ ਨਾਲ ਲੈ ਕੇ ਜਾਣਾ, ਆਪਣੇ ਨੇ ਆਪਣੇ ਨੇ। ਕਿਉਂ ਸੈਰ ਵਾਰੀ ਕਿਉਂ ਨਹੀਂ ਹੈਗੇ ਆਪਣੇ? ਹੁਣ ਵੀ ਤਾਂ ਆਪਣੇ ਨੇ, ਕਰਕੇ ਸੱਦਾ ਫੋਨ।